ਫਾਜ਼ਿਲਕਾ ਦੀ ਬਸਤੀ ਹਜ਼ੂਰ ਸਿੰਘ ਦੇ ਵਿੱਚੋਂ 14-15 ਅਗਸਤ ਦੀ ਦਰਮਿਆਨੀ ਰਾਤ ਕਾਰ ਅਤੇ ਘਰ ਦੇ ਬਾਹਰ ਲੱਗੀ ਮੋਟਰ ਚੋਰੀ ਹੋ ਗਈ ਹੈ। ਕਾਰ ਅਤੇ ਮੋਟਰ ਦੇ ਮਾਲਕ ਨਵੀਨ ਸ਼ਰਮਾ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਬਾਹਰ ਉਹਨਾਂ ਦੀ ਵੈਗਨਾਰ ਕਾਰ ਖੜੀ ਸੀ, ਜਿਸ ਨੂੰ ਇੱਕ ਰਾਜਸਥਾਨ ਨੰਬਰ ਦੀ ਕਾਰ 'ਤੇ ਆਏ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ। ਇੰਨਾ ਹੀ ਨਹੀਂ, ਉਸ ਤੋਂ ਬਾਅਦ ਇੱਕ ਰੇਹੜੀ ਵਾਲਾ ਆਇਆ ਜਿਸ ਦੇ ਵੱਲੋਂ ਉਹਨਾਂ ਦੇ ਘਰ ਦੇ ਬਾਹਰ ਲੱਗੀ ਪਾਣੀ ਵਾਲੀ ਮੋਟਰ ਚੋਰੀ ਕਰ ਲਈ ਗਈ। ਉਹਨਾਂ ਨੇ ਦੱਸਿਆ ਕਿ ਜਦੋਂ ਸਵੇਰੇ ਮੋਟਰ ਨਹੀਂ ਚੱਲੀ ਤਾਂ ਉਹਨਾਂ ਵੱਲੋਂ CCTV ਕੈਮਰੇ ਖੰਗਾਲੇ ਗਏ ਤਾਂ ਪਤਾ ਚੱਲਿਆ ਕਿ ਪਹਿਲਾਂ ਕਾਰ ਚੋਰੀ ਹੋਈ ਹੈ ਅਤੇ ਉਸ ਤੋਂ ਬਾਅਦ ਮੋਟਰ ਵੀ ਚੋਰੀ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਇੱਕ ਰਾਤ ਦੇ ਵਿੱਚ 2 ਚੋਰੀਆਂ ਹੋ ਗਈਆਂ ਅਤੇ ਪੁਲਿਸ ਬੇਖਬਰ ਹੈ। ਪੁਲਿਸ ਵੱਲੋਂ ਪੂਰੀ ਗਸ਼ਤ ਅਤੇ ਸਖਤੀ ਦੀ ਗੱਲ ਕਹੀ ਜਾ ਰਹੀ ਸੀ, ਲੇਕਿਨ ਉਹਨਾਂ ਦੇ ਘਰ ਦੇ ਬਾਹਰ ਜੋ ਵਾਰਦਾਤ ਹੋਈ ਹੈ ਉਸ ਤੋਂ ਬਾਅਦ ਉਹ ਪੂਰੇ ਹੈਰਾਨ ਹਨ। ਨਵੀਨ ਸ਼ਰਮਾ ਵੱਲੋਂ ਚੋਰੀ ਦੀ ਵਾਰਦਾਤ ਦਾ ਪਤਾ ਚੱਲਣ ਤੋਂ ਬਾਅਦ ਇਸ ਦੀ ਸੂਚਨਾ ਮੀਡੀਆ ਨੂੰ ਵੀ ਦਿੱਤੀ ਗਈ, ਜਿਸ ਤੋਂ ਬਾਅਦ ਉਹਨਾਂ ਵੱਲੋਂ ਪੂਰੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ। ਮੇਰਾ ਨਾਮ ਨਵੀਨ ਸ਼ਰਮਾ ਹੈ, ਬਸਤੀ ਹਜ਼ੂਰ ਸਿੰਘ ਦੇ ਰਹਿਣ ਵਾਲੇ। ਅਸੀਂ ਬੱਸ ਸਟੈਂਡ ਦੀ ਬੈਕ ਸਾਈਡ 'ਤੇ, ਅਤੇ ਸ਼ਹਿਰ 'ਚ ਦਿਨੋਂ ਦਿਨ ਘਟਨਾਵਾਂ ਵੱਧ ਰਹੀਆਂ ਨੇ ਅਤੇ ਅਸੀਂ ਇਸ ਗੱਲ ਤੋਂ ਹੈਰਾਨੀ ਹੈ ਸਾਨੂੰ ਵੀ 14-15 ਅਗਸਤ ਦੇ ਦਿਨ ਚੱਲ ਰਿਹਾ, ਜਦਕਿ ਬੜੀ ਹਾਈ ਸਿਕਿਉਰਿਟੀ ਹੁੰਦੀ ਆਲ ਓਵਰ ਇੰਡੀਆ 'ਚ, ਅਤੇ ਰਾਤ ਨੂੰ ਸੁਬਹ 3 ਵਜੇ ਸਾਡੀ ਇੱਥੇ ਵੈਗਨਰ ਕਾਰ PB22W5466 ਵਾਈਟ ਕਲਰ ਦੀ ਘਰ ਦੇ ਬਾਹਰ ਹੀ ਖੜ੍ਹੀ ਸੀ ਅਤੇ ਉਹ ਰਾਤ ਚੋਰ ਜਿਹੜੇ ਹੈ ਲੈ ਗਏ ਨੇ। ਉਸ ਤੋਂ ਮਾੜਾ ਕੰਮ ਇਹ ਵੀ ਨਾਲ ਮੋਟਰ ਵੀ ਸਾਡੀ ਲਾ ਕੇ ਲੈ ਗਏ ਨੇ ਪਾਣੀ ਵਾਲੀ। ਉਸ ਤੋਂ ਬਾਅਦ ਮਤਲਬ ਦੋ ਜੋੜੀਆਂ ਚੋਰਾਂ ਦੀਆਂ ਆਈਆਂ ਨੇ, ਪਹਿਲਾਂ ਕਾਰ ਲੈ ਗਏ ਨੇ, ਫਿਰ ਦੁਬਾਰੇ ਚੋਰ ਆਇਆ ਗੰਦ ਵਾਲੀ ਰੇਹੜੀ ਲੈ ਕੇ ਅਤੇ ਉਹਦੇ 'ਚ ਮੋਟਰ ਲਾ ਕੇ ਲੈ ਗਿਆ ਪਾਣੀ ਵਾਲੀ। ਅਸੀਂ ਮੋਟਰ ਨੂੰ ਦੇਖਿਆ, ਉਸ ਤੋਂ ਬਾਅਦ ਪਤਾ ਲੱਗਿਆ ਸਾਡੀ ਕਾਰ ਵੀ ਲੈ ਗਏ ਨੇ। ਹੁਣ ਸਾਡੇ ਕੋਲ CCTV ਫੁਟੇਜ ਆਈ ਹੈ, ਰਾਜਸਥਾਨ ਨੰਬਰ ਦੀ ਇੱਕ ਗੱਡੀ ਜੈਨ ਜਿਹੜੀ 2:58 'ਤੇ ਗਲੀ 'ਚ ਐਂਟਰ ਕਰਦੀ ਹੈ ਅਤੇ ਗੱਡੀ ਇੱਥੋਂ ਰੋੜ ਕੇ 20 ਮੀਟਰ ਦੂਰੀ 'ਤੇ ਸਟਾਰਟ ਕਰਕੇ ਉਹ ਗੱਡੀ ਲੈ ਗਏ ਨੇ। ਉਹ ਤੁਹਾਨੂੰ CCTV ਫੁਟੇਜ ਆ ਜਿਹੜੀ ਅਸੀਂ ਦੇ ਦਿੰਦੇ ਹਾਂ। ਦੋਨੋਂ ਫੁਟੇਜ ਸਾਡੇ ਕੋਲ ਨੇ, ਇੱਕ 3:40 'ਤੇ ਮੋਟਰ ਲਾਈ ਗਈ ਹੈ ਅਤੇ 2:58 'ਤੇ ਜਿਹੜੀ ਸਾਡੀ ਕਾਰ ਲੈ ਕੇ ਇੱਧਰ ਗਏ ਨੇ। ਸਾਰੇ ਮੁਹੱਲੇ CCTV ਲੱਗੇ ਆ, ਵੈਸੇ ਸਾਡੇ ਕੋਲ 1 ਫੁਟੇਜ ਆ ਗਈ ਹੈ। ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ, ਅਤੇ ਅੱਜ ਕੱਲ੍ਹ ਮਹਿੰਗਾਈ ਦਾ ਦੌਰ ਹੈ ਅਤੇ ਜੇ ਇੱਦਾਂ ਹੀ ਗੱਡੀਆਂ ਮੋਟਰਾਂ ਚੋਰੀਆਂ ਹੋਣ ਲੱਗ ਪੈਣਗੀਆਂ ਤਾਂ ਬੜਾ ਮੁਸ਼ਕਲ ਹੋ ਜਾਏ। ਵਾਈਟ ਕਲਰ ਦੀ ਗੱਡੀ ਹੈ, 2006 ਮਾਡਲ PB22W5466 ਗੱਡੀ ਵੈਗਨਾਰ। ਕੀ ਕਹਿਣਾ ਚਾਹੋਗੇ ਚੋਰੀ ਦੀ ਵਾਰਦਾਤ? ਚੋਰੀ ਬਹੁਤ ਅੱਤ ਦੀਆਂ ਚੋਰੀਆਂ ਜਿਹੜੀਆਂ ਦਿਨੋ ਦਿਨ ਵੱਧ ਰਹੀਆਂ ਨੇ, ਅਤੇ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਵੀ ਤੁਸੀਂ ਆਪਦੀਆਂ ਗੱਡੀਆਂ ਜਿਹੜੀਆਂ ਨਾ 1,000 ਰੁਪਏ ਮਹੀਨਾ ਗੈਰਜ ਲੈ ਕੇ ਉਹਦੇ ਅੰਦਰ ਰੱਖੋ। ਇੰਨੀਆਂ ਮਹਿੰਗੀਆਂ ਗੱਡੀਆਂ ਜੇ ਗਲੀਆਂ 'ਚ ਚੋਰੀਆਂ ਹੋਣ ਲੱਗ ਪੈਣਗੀਆਂ ਅਤੇ ਕੱਲ੍ਹ ਨੂੰ ਕੀ ਲਾ ਐਂਡ ਆਰਡਰ ਦੀ ਸਥਿਤੀ ਬੜੀ ਗੰਭੀਰ ਹੋ ਚੁੱਕੀ। ਬੰਦਿਆਂ ਦੀਆਂ ਫੋਟੋ ਜਿਹੜੀਆਂ ਤਾਂ CCTV ਉਹਦੇ 'ਚ ਤਾਂ ਨਹੀਂ ਕਲੀਅਰ ਆ ਰਹੀ, ਪਰ ਗੱਡੀ ਜਿਹੜੀ ਨਾਲ ਜੈਨ ਲੈ ਕੇ ਆਏ ਨੇ ਉਹ ਜੈਨ ਗੱਡੀ ਦਾ ਨੰਬਰ ਆ ਗਿਆ ਸਾਡੇ ਕੋਲ, ਰਾਜਸਥਾਨ ਦੀ ਗੱਡੀ ਹੈ ਅਤੇ ਉਹ ਤੁਹਾਨੂੰ ਅਸੀਂ CCTV ਫੁਟੇਜ ਥਾਣੇ ਵੀ ਦੇ ਕੇ ਆਉਣੇ ਹਾਂ ਅਤੇ ਤੁਹਾਨੂੰ ਵੀ ਦਾਂਗੇ। ਜਿਹੜੀ ਗੱਡੀ ਉਹ ਜੈਨ ਲੈ ਕੇ ਆਏ ਨੇ ਉਹਦਾ ਨੰਬਰ ਹੈ RJ14C2560, ਵਿਕਰਮ ਸਿੰਘ ਨਾਂ 'ਤੇ ਗੱਡੀ ਹੈ ਜੈਨ ਜਿਹੜੀ, ਉਹ ਗੱਡੀ 'ਤੇ ਫੋਰਥ ਓਨਰ ਨੇ ਉਹਨਾਂ ਦੇ, ਅਤੇ ਉਹ ਰਾਤ ਨਾਲ ਜੈਨ ਗੱਡੀ ਲੈ ਕੇ ਆਏ ਨੇ। ਜੈਨ ਗੱਡੀ ਨਾਲ ਟੋਚਣ ਪਾ ਕੇ ਉਹ ਗਾਂਹ ਲੈ ਕੇ ਗਏ ਨੇ। ਉਸ ਤੋਂ ਬਾਅਦ ਉਹ ਗੱਡੀ, ਦੋਨਾਂ ਗੱਡੀਆਂ ਦੀ ਫੁਟੇਜ ਹੈ ਜਿਹੜੀ ਸਾਡੇ ਕੋਲ ਆ ਗਈ ਹੈ ਅਤੇ ਮੀਡੀਆ ਨੂੰ ਵੀ ਦਿੱਤੀ ਜਾਊਗੀ ਅਤੇ
ਆਪਣੇ ਥਾਣੇ ਵੀ SSP ਸਾਹਿਬ ਨਾਲ ਵੀ ਗੱਲ ਕਰਨ ਚੱਲੇ ਹਾਂ ਅਸੀਂ ਹੁਣ, ਉਹਨਾਂ ਨੂੰ ਜਾ ਕੇ ਦੇ ਕੇ ਆਉਂਦੇ ਹਾਂ। ਹੋਰ ਵੀ ਕੈਮਰੇ ਲੱਗੇ ਨੇ ਆਸ ਪਾਸ, ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਾਂਗੇ ਵੀ ਜਿਹੜੇ ਉਹਨਾਂ ਨੇ ਹਾਈਟੈਕ ਕੈਮਰੇ ਲਾਏ ਹੋਏ ਨੇ ਸਾਰੇ ਸ਼ਹਿਰ ਵਿੱਚ, ਬੱਸ ਸਟੈਂਡ ਦੇ ਕੋਲ ਵੀ ਲੱਗਿਆ ਜਿਹੜੇ ਪਾਸੋਂ ਆਏ ਨੇ, ਤੇ ਉਹ ਕੈਮਰੇ ਵੀ ਚੈੱਕ ਕਰਨ, ਤੇ ਹਾਈਵੇ ਤੇ ਵੀ ਚੈੱਕ ਕਰਨ, ਕਿਉਂਕਿ ਗਏ ਇੱਧਰੋਂ ਫਲਾਈਓਵਰ ਦੇ ਥੱਲੋਂ ਹੀ ਹੋਣੇ ਨੇ। ਤੇ ਕੈਮਰੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਸਾਡੀ ਵੀ ਜਿੰਨੇ ਵੀ ਵੱਡੇ ਕੈਮਰੇ ਲੱਗੇ ਹੋਏ ਨੇ ਇਹਨਾਂ ਦੇ, ਤੇ ਉਹਨਾਂ 'ਤੇ ਚੈੱਕ ਕਰਕੇ ਤੇ ਜਲਦੀ ਤੋਂ ਜਲਦੀ ਚੋਰਾਂ ਨੂੰ ਫੜਿਆ ਜਾਵੇ।